ओम शांति मेरा नाम कश्मीर कौर है और मैं सिख धर्म से हूँ और पहले भी परमात्मा को याद करते थे लेकिन समझ पूरी बाबा के बनने के बाद ही आई है जब से ज्ञान मिला तो ज़िंदगी में इतनी खुशी इतना आनंद और घर में भी सुख शांति बच्चे बहुत अच्छे हैं, बहुमें बहुत अच्छी हैं, तो सब सहयोगी है बाबा ने जीने की कला सिखाती बाबा ने जो पहले नहीं थी अभी बाबा ने जैसे पहले किसी के साथ कोई बात हो जाती है तो उसको उसने एक सुनाई तो उसको जिन्हें चाहे दो ना सुनाए तो शांति नहीं मिलती और सारा दिन संकल्प चलते रहते हैं कि मैं इसको ऐसे बोलती ऐसे बोलती अभी बाबा ने इतनी कला सिखाई है जीने की कि जो कोई बोल भी देता और रात को जो किसी को हम बोल भी देते हैं तो फिर बाबा से कहते हैं बाबा ऐसे हो गया ਆਪ ਉਹ ਆਤਮਾ ਮੈਂ ਮਾਫੀ ਮੰਗਦੀ ਹਾਂ ਉਹ ਆਤਮਾ ਮੇਰੇ ਕੋਲ ਮਾਫ ਕਰ ਦੇ ਔਰ ਕਿਸੇ ਨੇ ਸਾਨੂੰ ਦੁੱਖ ਦਿੱਤਾ ਤਾਂ ਵੀ ਆਨੇ ਬਾਬਾ ਉਹ ਆਤਮਾ ਨੂੰ ਅਸੀਂ ਖਿਮਾ ਕਰਦੇ ਹਾਂ ਬਾਬਾ ਨੇ ਇਤਨੇ ਜੀਣ ਦੀ ਕਲਾ ਸਿਖਾਤੀ ਬਾਬਾ ਨੇ ਕਿ ਉਹ ਬਹੁਤ ਇਤਨੇ ਅੱਛੇ ਅੱਛੇ ਆ ਬਾਬਾ ਕੇ ਬਣਨੇ ਕੇ ਬਾਅਦ ਬਹੁਤ ਅੱਛੇ ਅੱਛੇ ਹਨ ਉਹ ਬਾਬਾ ਹਰ ਜਗ੍ਹਾ ਮਦਦ ਕਰਦੇ ਆ ਮਦਦਕਾਰ ਆ ਪਰ ਮਾਸਮਾ ਬੇਹੱਦ ਦਾ ਸਾਗਰ ਵਾ ਸ਼ਾਂਤੀ ਦਾ ਸਾਗਰ ਆਨੰਦ ਦਾ ਸਾਗਰ ਆ ਪ੍ਰੇਮ ਦਾ ਸਾਗਰ ਆ ਤੇ 바ਬਾ ਆਪਣੇ ਬੱਚਿਆਂ ਨੂੰ ਵੀ ਇਦਾਂ ਹੀ ਬਣਾਉਂਦਾ 바ਬਾ ਹਰ ਇੱਕ ਬੱਚੇ ਨੂੰ ਜੀਣ ਦੀ ਕਲਾ ਸਿਖਾਉਂਦਾ ਜੋ ਕੋਈ ਨਹੀਂ ਸਿਖਾ ਸਕਦਾ ਇਹ ਗਿਆਨ ਦੇ ਅਨੁਭਵੀ ਨਿਰਾਲੇ ਆ ਇਹ ਪਰਮਾਤਮਾ ਦਾ ਗਿਆਨ ਸਰਵ ਸ਼ਕਤੀਮਾਨ ਜਿਹਨੂੰ ਕੇ ਬੋਲਦੇ ਇੱਕ ਪਰਮਾਤਮਾ ਉਹ ਕੌਣ ਆ ਕਿੱਥੇ ਰਹਿੰਦਾ ਇਹ ਉਲਾਗਿਆ ਪੂਰੀ ਨੌਲਜ ਮਿਲਦੀ ਇਹਦੇ ਚ ਜੋ ਵੀ ਇਸ ਗਿਆਨ ਚ ਗਿਆਨ ਨੂੰ ਸੁਣਦਾ ਇਹਦਾ ਨਾਮ ਈਸ਼ਵਰੀ ਬ੍ਰਹਮ ਕੁਮਾਰੀ ਵਿਸ਼ਵ ਵਿਦਿਆਲੇ ਜੋ ਆਣ ਕੇ ਇਹ ਗਿਆਨ ਸੁਣਦਾ ਇਹਦੇ ਨਾਲ ਜੁੜਦਾ ਉਹਦੇ ਤੇ ਜੀਣ ਦੀ ਕਲਾ ਆ ਜਾਂਦੀ ਹੈ ਪਹਿਲਾਂ ਤਾਂ ਜੀਣ ਦੀ ਕਲਾ ਹੀ ਨਹੀਂ ਪਹਿਲੇ ਤਾਂ ਕੋਈ ਗਲਤੀ ਵੀ ਕਰੀਏ ਤਾਂ ਕਦੇ ਮੁੜ ਕੇ ਫੀਲਿੰਗ ਨਹੀਂ ਆਉਂਦੀ ਕਿ ਹਾਂ ਅਸੀਂ ਗਲਤੀ ਕੀਤੀ ਹੈ ਪਰ ਬਾਬਾ ਨੇ ਕਲਾ ਸਿਖਾਈ ਆ ਬੱਚੇ ਇਹ ਹੋ ਵੀ ਗਿਆ ਤੇ ਉਹਨੂੰ ਕਿਤਰਾ ਮਾਫੀ ਕਿਤਰਾ ਮੰਗਣੀ ਆ ਰਾਤ ਨੂੰ ਆਪਣਾ ਚਾਟ ਸੁਣਾਉਣਾ ਜਿਹੜੇ ਆਤਮਾ ਨੂੰ ਦੁੱਖ ਦਿੱਤਾ ਉਹਦੇ ਕੋਲ ਮਾਫੀ ਮੰਗਣੀ ਆ ਦੇਖੋ ਇਹ ਪਰਮਾਤਮਾ ਹੀ ਸਿਖਾ ਸਕਦਾ ਕੋਈ ਦੇਹਧਾਰੀ ਨਹੀਂ ਸਿਖਾ ਸਕਦਾ ਜੀਣ ਦੀ ਕਲਾ ਤੇ ਬਹੁਤ ਅੱਛੇ ਅੱਛੇ ਪਰਮਾਤਮਾ ਦੇ ਨਾਲ ਅਨੁਭਵ ਆ 26 ਸਾਲ ਹੋ ਗਏ ਮੇਰੇ ਕੋ ਗਿਆਨ ਚ ਚੱਲਦੇ ਪਰ ਜੀਣ ਦਾ ਹੀ ਮੋਜ ਕਲਾ ਆ ਗਈ ਹੈ ਮੌਜਾਂ ਦਾ ਜੋਗ ਸਾਡੇ ਵਾਸਤੇ ਦੁਨੀਆ ਵਾਸਤੇ ਕਲ ਯੁੱਗ ਹੋਏਗਾ ਪਰ ਸਾਡੇ ਵਾਸਤੇ ਮੌਜਾਂ ਦਾ ਜੋਗਾ ਜਦੋਂ ਵੀ ਵਿਹਲੇ ਬੈਠ ਜਾਈਦਾ ਪਰਮਾਤਮਾ ਨਾਲ ਗੱਲਾਂ ਕਿਸ ਤਰ੍ਹਾਂ ਕਰਨੀਆਂ ਇਹ ਬਾਬਾ ਨੇ ਸਮਝ ਦਿੱਤੀ ਆ ਪਹਿਲੇ ਤਾਂ ਸਮਝ ਹੀ ਨਹੀਂ ਪ੍ਰਕਿਰਤੀ ਦੇਖੋ ਦੋ ਦਿਨ ਮੌਸਮ ਇਤਨਾ ਅੱਛਾ ਰਿਹਾ ਪ੍ਰਕਿਰਤੀ ਨਾਲ ਕਿੱਦਾਂ ਬਾਤ ਕਰਨੀਆਂ ਕਿੱਦਾਂ ਗੱਲਾਂ ਕਰਨੀਆਂ ਆਨੰਦ 'ਚ ਕਿੱਦਾਂ ਰਹਿਣਾ ਪ੍ਰੇਮ ਨਾਲ ਕਿੱਦਾਂ ਰਹਿਣਾ ਸੰਗਠਨ ਚ ਕਿਦਾਂ ਚੱਲਣਾ ਹੈ ਇਹ ਸਾਰਾ ਬਾਬਾ ਸਿਖਾ ਰਿਆ। ਬਾਬਾ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਆ। ਜੋ ਭੈਣ ਭਾਈ ਨਹੀਂ ਜਾਣਦੇ, ਜੋ ਵੀ ਭੈਣ ਭਰਾ ਨਹੀਂ ਜਾਣਦੇ ਇਸੇ ਬਾਰੇ ਵਿੱਚ ਜਰੂਰ ਜਰੂਰ ਆਏ ਇੱਕ ਵਾਰ ਆਣ ਕੇ ਅਨੁਭਵ ਸੁਣੇ ਪਰਮਾਤਮਾ ਦਾ ਅਨੁਭਵ ਕਰੇ। ਬਹੁਤ ਉੱਚੀ ਪ੍ਰਾਪਤੀ ਹੈ ਇਸ ਗਿਆਨ ਦੀ, ਬਹੁਤ ਉੱਚੀ ਪ੍ਰਾਪਤੀ ਹੈ ਇਹਦੇ ਬਿਗੈਰ ਇਨਸਾਨ ਦੂਰਾ ਵਾ। ਭਗਤੀ ਜਿਨੇ ਮਰਜ਼ੀ ਕਰੀਏ। ਪਰ ਉਹ ਨੰਦੇ ਉਹ ਗਿਆਨ ਉਹ ਸੁਖ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਜਿੰਨਾ ਚਿਰ ਪਰਮ ਪਿਤਾ ਪਰਮਾਤਮਾ ਦੀ ਪੂਰੀ ਨੌਲੇਜ ਨਹੀਂ ਮਿਲਦੀ। ਉਹਨਾਂ ਚਿਰ ਇਨਸਾਨ ਅਧੂਰਾ ਵਾ। ਪਰਮਾਤਮਾ ਇੱਕ ਵਾ, ਉਹ ਸਾਡਾ ਪਿਤਾ ਵਾ। ਅਸੀਂ ਸਭ ਭੈਣ ਭਰਾ ਵਾ। ਇੱਥੇ ਆਣ ਕੇ ਜ਼ਰੂਰ ਇਹਨਾਂ ਗੱਲਾਂ ਦਾ ਅਨੁਭਵ ਕਰੇ। ਅਸੀਂ ਇੱਕ ਪਰਮਾਤਮਾ ਦੇ ਬੱਚੇ ਆ। ਉਹ ਸਾਡਾ ਪਿਤਾ ਵਾ। ਅਸੀਂ ਸਭ ਉਹਦੇ ਬੱਚੇ ਆ। ਇੱਕ ਮਾਲਕ ਦੇ ਬੱਚੇ ਆ ਪਰਮਾਤਮਾ ਦੇ ਬੱਚੇ ਆ ਆਪਣੇ ਪਿਤਾ ਨਾਲ ਬਾਤ ਕਰੋ ਜਿੱਦਾਂ ਆਪਣੇ ਦੇਹਧਾਰੀ ਪਿਤਾ ਨਾਲ ਬਾਤ ਨਹੀਂ ਕਰਦੇ ਇਸ ਤਰ੍ਹਾਂ ਪਰਮਾਤਮਾ ਨਾਲ ਬਾਤਾਂ ਕਰੋ ਪਹਿਲਾਂ ਥੋੜਾ ਪਤਾ ਸਾਹਿਬ ਬਾਬਾ ਨੇ ਪਤਾਇਆ ਕਿ ਬੱਚਿਆ ਮੇਰੇ ਬੱਚੇ ਆ ਉਹਦੇ ਮੇਰੇ ਸੇ ਬਾਤ ਕਰੋ ਤੇ ਬਾਬਾ ਕੇ ਸਾਥ ਜੋ ਵੀ ਹੈ ਸ਼ੇਅਰ ਕਰਤੇ ਆ ਬਾਬਾ ਸੇ ਬਾਤ ਕਰਤੇ ਆ ਬੜਾ ਆਨੰਦ ਆਉਤਾ ਬਹੁਤ ਹੀ ਅੱਛਾ ਲੱਗਦਾ ਔਰ ਕਾਰ ਜੀ ਪੂਰੀ ਸੁਖ ਸ਼ਾਂਤੀ ਬੱਚੇ ਬਹੁਤ ਅੱਛੇ ਆ ਬਹੁਵੇਂ ਅੱਛੇ ਆ ਤੇ ਕਿਹੇ ਵੀ ਚੀਜ਼ ਦੀ ਕਮੀ ਨਹੀਂ ਆ ਬਾਬਾ ਨੇ ਬਹੁਤ ਕੁਝ ਦਿਆ ਔਰ ਖੁਸ਼ੀ ਖੁਸ਼ੀ ਆਪਣਾ ਜੀਵਨ ਵਰਤਿਤ ਕਰ ਰਹੇ ਆ ਤੇ ਬਾਬਾ ਜੀ ਸਪੋਰਟ ਆ ਬਾਬਾ ਅੰਮ੍ਰਿਤ ਵੇਲੇ ਠਾਲਦੇ ਆ ਤੇ ਭਗਤੀ ਮਾਰਗ 'ਚ ਵੀ ਕਹਿੰਦੇ ਨਾ ਅੰਮ੍ਰਿਤ ਵੇਲੇ ਓਠ ਵਿੜਿਆਈ ਵਿਚਾਰ ਪਹਿਲੋਂ ਤਾਂ ਪਤਾ ਹੀ ਨਹੀਂ ਸੀ ਉਹਦੀ ਵਿੜਿਆਈ ਕਿ ਤਰ੍ਹਾਂ ਕਰਨੀ ਆ ਵਿਚਾਰ ਕਿਦਾਂ ਕਰਨੇ ਆ ਉਹਨਾਂ ਦਾ ਅਰਥ ਕੀ ਆ ਹੁਣ ਪੂਰਾ ਪਤਾ ਚੱਲਿਆ ਕਿ ਅੰਮ੍ਰਿਤ ਵੇਲੇ ਉਠਣਾ ਪਰਮਾਤਮਾ ਨੂੰ ਕਿੱਦਾਂ ਯਾਦ ਕਰਨਾ ਕਿੱਦਾਂ ਰੂਰਖਾਨ ਕਰਨੀ ਆ ਬਾਵਾ ਨੇ ਇਹ ਸਭ ਕੁਝ ਸਿਖਾਇਆ ਤੇ ਆਪ ਵੀ ਇਸ ਸੰਤਾ ਚ ਇੱਕ ਵਾਰ ਆਓ ਧਿਆਨ ਕੇ ਪਰਮਪਿਤਾ ਪਰਮਾਤਮਾ ਕੌਣ ਕਿੱਥੇ ਰਹਿੰਦਾ ਉਹਨਾਂ ਨਾਲ ਸੰਪਰਕ ਕਿੱਦਾਂ ਕਰਨਾ ਕਿੱਦਾਂ ਜੋੜਨਾ ਕਿੱਦਾਂ ਪਰਮਾਤਮਾ ਨਾਲ ਗੱਲਾਂ ਕਰਨੀਆਂ ਇਹ ਸਾਰਾ ਆਣ ਕੇ ਆਪ ਜ਼ਰੂਰ ਸਿੱਖੋ ਔਰ 바ਵਾ ਕੇ ਇਤਨੇ ਅچھے ਅਨੁਭਵ ਆ ਮੈਂ ਆਪਕੋ ਕੀ ਬਤਾਉ ਕਹਿੰਦੇ ਨੂੰ ਹਾਜ਼ਰ ਆ ਜਾਉ ਰੋ ਸੱਚਮੁੱਚ ਆਪ ਉਹਨੂੰ ਜਗ੍ਹਾ ਦੇ ਕਰੋ ਸੱਚਮੁੱਚ ਉਹ ਹਾਜ਼ਰ ਹੋ ਜਾਂਦੇ ਦਿਖਾਈ ਤੇ ਨਹੀਂ ਦੇਣਗੇ ਲੇਕਿਨ ਆਪਕਾ ਕੰਮ ਹੋ ਜਾਏਗਾ ਆਪ ਦਿਲ ਸੇ ਜਦੋਂ ਪਿਤਾ ਨੂੰ ਪੁਕਾਰੋਗੇ ਤੇ ਪਿਤਾ ਜ਼ਰੂਰ ਹਾਜ਼ਰ ਹੋ ਜਾਂਦੇ ਆ ਆਪਕਾ ਕੰਮ ਹੋ ਜਾਏਗਾ ਤੇ ਇਸ ਲਈ ਪਰਮਾਤਮਾ ਨੂੰ ਜਾਣ ਕੇ ਪਛਾਣ ਕੇ ਯਾਦ ਕਰਨਾ ਉਹਦੀ ਪ੍ਰਾਪਤੀ ਬਹੁਤ ਹੁੰਦੀ ਹੈ ਹੈਨਾ ਪਹਿਲਾਂ ਤਾਂ ਪਤਾ ਹੀ ਨਹੀਂ ਪ੍ਰਮਾਤਮਾ ਕਿੱਥੇ ਰਹਿੰਦਾ ਉਹ ਕੌਣ ਆ ਹੁਣ ਬਾਬਾ ਨੇ ਬਤਾਇਆ ਹੈਨਾ ਤੇ ਹੁਣ ਸਿੱਧਾ ਡਾਇਰੈਕਟ ਜਦੋਂ ਪਤਾ ਹੋਵੇ ਕਿ ਇੱਥੇ ਮੇਰਾ ਕੋਈ ਰਿਸ਼ਤੇਦਾਰ ਰਹਿੰਦਾ ਤਾਂ ਫਿਰ ਕਨੈਕਸ਼ਨ ਜੁੜ ਜਾਂਦਾ ਨਾ ਉਹਦੇ ਨਾਲ ਇਸੇ ਤਰ੍ਹਾਂ ਪ੍ਰਮਾਤਮਾ ਨੇ ਬਤਾਇਆ ਮੈਂ ਜਿੱਥੇ ਆ ਹੈਨਾ ਤੇ ਇਹ ਤਰ੍ਹਾਂ ਬੁੱਧੀ ਜੋਗ ਬਾਬਾ ਨਾਲ ਲਗਾਉਣੀ ਬਾਬਾ ਨਾਲ ਗੱਲਾਂ ਕਰਨੀਆਂ ਬਾਬਾ ਨਾਲ ਰੂਹ ਰਹਿਣ ਕਰਨੀ ਹੈਨਾ ਤੇ ਉਹਰੇ ਚ ਬੜਾ ਆਨੰਦ ਹੁੰਦਾ ਹੈ ਨਾ ਪਹਿਲੋ ਤੇ ਮੰਗਦੇ ਰਹਿੰਦੇ ਸੀ ਬਾਬਾ ਇਹ ਦੇ ਦਿਓ ਪਰਮਾਤਮਾ ਇਹ ਦੇ ਦਿਓ ਭਗਵਾਨ ਇਹ ਦੇ ਦਿਓ ਹੈ ਨਾ ਬੁਖਾਰੀਆਂ ਕੀ ਤਰ੍ਹਾਂ ਤੇ ਇਹ ਬਾਬਾ ਨੇ ਬੋਲਿਆ ਕਿ ਬੱਚੇ ਪੁਖਾਰੀ ਨਹੀਂ ਬਣਨਾ ਅਧਿਕਾਰੀ ਬਣਨਾ ਹੈ ਨਾ ਮਾਂ ਪਿਓ ਦਾ ਜੋ ਹੁੰਦਾ ਬੱਚਿਆਂ ਵਾਸਤੇ ਹੁੰਦਾ ਪਰ ਬੱਚੇ ਲੈਕ ਹੋਣ ਹੈ ਨਾ ਬੱਚੇ ਉਸ ਲੈਕ ਹੋਣ ਤੇ ਮਾਂ ਪਿਓ ਦਾ ਜੋ ਵੀ ਹੁੰਦਾ ਬੱਚਿਆਂ ਵਾਸਤੇ ਹੁੰਦਾ ਤੇ ਉਹ ਪਰਮਾਤਮਾ ਸਾਡਾ ਪਿਤਾ ਵਾ ਉਹ ਹਾਜ਼ਰ ਹਾ ਜੂਰ ਵਾ ਉਹ ਹਰ ਟਾਈਮ ਹਾਜ਼ਰ ਹੋ ਜਾਂਦਾ ਲੇਕਿਨ ਅਹੀਂ ਸੱਚੇ ਦਿਲ ਤੇ ਸਹਿਬ ਰਾਜੀ ਆ ਜੇ ਲੋ ਸੱਚਾ ਦਿਲ ਹੋਏਗਾ ਨਾ ਤੇ ਸਹਿਬ ਆਪਣੇ ਆਪ ਰਾਜੀ ਹੋ ਜਾਂਦੇ ਆ ਹੈਨਾ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਬਸ ਉਹਨਾਂ ਨੂੰ ਪ੍ਰੇਮ ਨਾਲ ਯਾਦ ਕਰਨਾ ਉਹ ਸਾਡਾ ਪਿਤਾ ਵਾ ਆਨੰਦ ਦਾ ਸਾਗਰ ਵਾ ਪ੍ਰੇਮ ਦਾ ਸਾਗਰ ਵਾ ਸ਼ਾਂਤੀ ਦਾ ਸਾਗਰ ਵਾ ਹੈਨਾ ਉਹ ਬੇਹੱਦ ਵਾ ਉਹਦੀ ਕੋਈ ਹੱਦ ਨਹੀਂ ਆ ਹੈਨਾ ਗੁਰੂਆਂ ਦੀ ਹੱਦ ਹਰ ਇੱਕ ਦੀ ਹੱਦ ਵਾ ਕੋਈ 16 ਕਲਾਂ ਸੰਪੂਰਨ ਕੋਈ 14 ਕਲਾ ਹੈ ਨਾ ਕੋਈ 7 ਕਲਾ ਕਿ ਜਿੱਦਾਂ ਵੀ ਪਰ ਪ੍ਰਮਾਤਮਾ ਸਾਗਰ ਵਾ ਬੇਹੱਦ ਦਾ ਸਾਗਰ ਵਾ ਹੈ ਨਾ ਉਹਦੀ ਕੋਈ ਲਿਮਟ ਨਹੀਂਗੀ ਉਹ ਹਾਜ਼ਰ ਹੈ ਹਜ਼ੂਰ ਵਾ ਤੇ ਇਸ ਲਈ ਸਾਰੇ ਭੈਣ ਭਾਈਆਂ ਨੂੰ ਨੇਰੀ ਇਹੋ ਬੇਨਤੀ ਹੈ ਕਿ ਇੱਕ ਵਾਰ ਆਉਤ ਆਪਣਾ ਜੀਵਨ ਸਫਲ ਕਰੋ ਪਰਮਾਤਮਾ ਦੇ ਨਾਲ ਮਿਲਣ ਮਨਾਉਣ ਦਾ ਆਨੰਦ ਮਾਣੋ ਇਹ ਗਿਆਨ ਤੋਂ ਬਿਗੈਰ انسان ਦੀ ਜ਼ਿੰਦਗੀ અધੂਰੀ ਆ ਜੀਣ ਦੀ ਕਲਾ ਆ ਜਾਈਗੀ ਸੱਚਮੁੱਚ ਇਹ ਦੁਨੀਆ ਚ ਰਹਿ ਕੇ ਜੀਣਾ ਕਿਸ ਤਰ੍ਹਾਂ ਆ ਹੈਨਾ ਗਲਤੀ ਹੋ ਵੀ ਜਾਂਦੀ ਆ ਤੇ ਉਹਨੂੰ ਅਸੀਂ ਕਿਤਰਾ ਫੀਲਿੰਗ ਉਹਦੀ ਕਰ ਸਕਨੇ ਆ ਕਿਸੇ ਨੂੰ ਦੁੱਖ ਨਹੀਂ ਦੇਣਾ ਹੈਨਾ ਪਹਿਲੋ ਵੇਖੋ ਅਸੀਂ ਭਗਤੀ ਵੀ ਕਰਦੇ ਆ ਦੁੱਖ ਵੀ ਦਿੰਦੇ ਆ ਸਾਰਾ ਕੁਝ ਕਰਦੇ ਆ ਗਾਲਾਂ ਵੀ ਕੱਢਦੇ ਆ ਜੋ ਵੀ ਹੁਣ ਬਾਬਾ ਨੇ ਸਿਖਾਇਆ ਬੱਚੇ ਜੇਕਰ ਹੋ ਵੀ ਜਾਂਦਾ ਤੇ ਉਹਨੂੰ ਆਤਮਾ ਨੂੰ ਸੋਰੀ ਬੋਲਣੀ ਆ ਪਹਿਲੋਂ ਆਪਣਾ ਹੀ ਨਹੀਂ ਪਤਾ ਹੁਣ ਪਤਾ ਚੱਲਿਆ ਮੈਂ ਆਤਮਾ ਹਾਂ ਆਤਮਾ ਦਾ ਪਿਤਾ ਪਰਮਾਤਮਾ ਸਿੱਧਾ ਡਾਇਰੈਕਟ ਹੈਨਾ ਪਹਿਲੋਂ ਤਾਂ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ ਹੁਣ ਪਤਾ ਚੱਲਿਆ ਆਣ ਕੇ ਗਿਆਨ ਜਾਣ ਕੇ ਕਿ ਮੈਂ ਤਾਂ ਆਤਮਾ ਹਾਂ ਸ਼ੁੱਧ ਆਤਮਾ ਹਾਂ ਪਵਿੱਤਰ ਆਤਮਾ ਹਾਂ ਸ਼ਾਂਤ ਸਰੂਪ ਆਤਮਾ ਹਾਂ ਆਨੰਦ ਸਰੂਪ ਆਤਮਾ ਹਾਂ ਪ੍ਰੇਮ ਸਰੂਪ ਆਤਮਾ ਹਾਂ ਹੈਨਾ ਪਹਿਲੋਂ ਤਾਂ ਪਤਾ ਹੀ ਨਹੀਂ ਭਗਤੀ ਮਾਰਗੇ ਸਾਨੂੰ ਪਤਾ ਹੀ ਨਹੀਂ ਅਸੀਂ ਕਦੀ ਬੋਲਿਆ ਹੀ ਨਹੀਂ ਇਹ ਆਤਮਾ ਵਾਂ ਇਹ ਤੇ ਬਾਬਾ ਨੇ ਸਿਖਾਇਆ ਆਣ ਕੇ ਤੇ ਆਪ ਵੀ ਸਿੱਖੋ ਇਹਦੇ ਨਾਲ ਸਿੱਖਣ ਦੇ ਨਾਲ ਆਪਦੀ ਉਮਰ ਲੰਮੀ ਹੋ ਗਈ ਆਪਕੋ ਹੈਲਥ ਵੈਲਥ ਹੈਪੀਨੈਸ ਮਿਲੇਗੀ ਬਹੁਤ ਪ੍ਰਾਪਤੀ ਹੋ ਗਈ ਅਸੀਂ ਇਸੇ ਲਈ ਇਸ ਸੰਸਾਰ ਤੇ ਪ੍ਰਮਾਤਮਾ ਨੇ ਸਾਨੂੰ ਭੇਜਿਆ ਵਾ ਕਿ ਉਹਨੂੰ ਯਾਦ ਕਰੀਏ ਜਾਣ ਕੇ ਪਛਾਣ ਕੇ ਕਿਸੇ ਚੀਜ਼ ਨੂੰ ਯਾਦ ਕਰੀਏ ਤੇ ਉਹਦੇ ਹੱਕਦਾਰ ਬਣਦੇ ਆ ਬਿਨਾਂ ਜਾਣਣ ਤੋਂ ਕਿਸੇ ਨੂੰ ਵੀ ਯਾਦ ਕਰੋ ਤੇ ਉਹਦੀ ਪ੍ਰੋਪਰਟੀ ਦੇ ਹੱਕਦਾਰ ਨਹੀਂ ਬਣ ਸਕਦੇ ਅਸੀਂ ਭਟਕਦੇ ਹੀ ਰਹਿ ਜਾਂਦੇ ਆ ਤੇ ਇਸ ਲਈ ਪਰਮਾਤਮਾ ਇੱਕ ਵਾ ਕਿਸ ਨੇ ਉਹਨੂੰ ਵਾਹਿਗੁਰੂ ਬੋਲ ਦਿੱਤਾ ਕਿਸ ਨੇ ਉਹਨੂੰ ਅੱਲਾ ਬੋਲ ਦਿੱਤਾ ਕਿਸ ਨੇ ਉਹਨੂੰ ਖੁਦਾ ਬੋਲ ਦਿੱਤਾ ਹੈ ਉਹ ਇੱਕ ਵਾ ਜਿੱਦਾਂ ਕੋਈ ਪਾਪਾ ਬੋਲਦਾ ਕੋਈ ਡੈਡੀ ਬੋਲਦਾ ਕੋਈ ਪਿਤਾਜੀ ਬੋਲਦਾ ਹੈਨਾ ਕੋਈ ਵਾਹਿਗੁਰੂ ਬੋਲਦਾ ਵਾਹਿਗੁਰੂ ਕੌਣ ਵਾ ਇਹ ਕੀ ਹੈ ਪਰਮਾਤਮਾ ਉਹ ਕਿਸੇ ਦੇਧਾਰੀ ਦਾ ਨਾਮ ਨਹੀਂ ਨੀਰਾਕਾਰ ਪਰਮਾਤਮਾ ਪਰਮ ਪਿਤਾ ਪਰਮਾਤਮਾ ਆਤਮਾ ਦਾ ਪਿਤਾ ਤੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਓਮ ਸ਼ਾਂਤੀ ਸਤਿ ਸ੍ਰੀ ਅਕਾਲ